ओम शांति ਅੱਜ ਹਨ 21 7 2022 ਦੀ ਸਾਕਾਰ ਬਾਪਤਾਦਾ ਜੀ ਦੇ ਮਹਾਵਾਕ ਅੱਜ ਬਾਪਤਾਦਾ ਜੀ ਨੇ ਕਿਹਾ ਮਿੱਠੇ ਬੱਚੇ ਸਦਾ ਖੁਸ਼ੀ ਵਿੱਚ ਰਹੋ ਤਾਂ ਸਵਰਗ ਦੀ ਬਾਦਸ਼ਾਹੀ ਦਾ ਨਸ਼ਾ ਕਦੇ ਵੀ ਭੁੱਲ ਨਹੀਂ ਸਕਦਾ ਅੱਜ ਦਾ ਪ੍ਰਸ਼ਨ ਹੈਗਾ ਬਾਪ ਕਿਹੜੀ ਵੰਡਰਫੁਲ ਸੈਪਲਿੰਗ ਲਗਾਉਂਦੇ ਸਨ ਉੱਤਰ ਹੈਗਾ ਪਤਿਤ ਮਨੁੱਖਾਂ ਨੂੰ ਪਾਵਨ ਦੇਵਤਾ ਬਣਾ ਦੇਣਾ ਇਹ ਵੰਡਰਫੁਲ ਸੈਪਲਿੰਗ ਬਾਪ ਦੇ ਸਿਵਾਏ ਔਰ ਕੋਈ ਵੀ ਨਹੀਂ ਲਗਾ ਸਕਦਾ ਜਿਹੜੇ ਧਰਮ প্রায় ਲੋਪ ਹੋ ਗਏ ਸਨ ਉਸ ਦੀ ਸਥਾਪਨਾ ਕਰ ਦੇਣਾ ਸਭ ਤੋਂ ਵੱਡਾ ਵੰਡਰੇ ਅੱਜ ਦਾ ਦੂਜਾ ਪ੍ਰਸ਼ਨ ਹੈਗਾ ਬਾਪ ਦਾ ਚਰਿੱਤਰ ਕਿਹੜਾ ਸਨ ਉੱਤਰ ਹੈਗਾ ਚਤੁਰਾਈ ਤੋ ਬੱਚਿਆਂ ਨੂੰ ਕੋਡੀ ਤੋਂ ਹੀਰੇ ਜਿਹਾ ਬਣਾਣਾ ਇਹ ਬਾਪ ਦਾ ਚਰਿੱਤਰ ਸਣ ਬਾਕੀ ਕ੍ਰਿਸ਼ਨ ਦੇ ਲਈ ਕੋਈ ਚਰਿੱਤਰ ਨਹੀਂ ਸਣ ਉਹ ਤਾਂ ਛੋਟੇ ਬੱਚਾ ਸਣ ਗੀਤ ਹੈਗਾ ਅੱਜ ਦਾ ਰਾਤ ਦੇ ਰਾਹੀ ਥੱਕ ਨਾ ਜਾਣਾ ਓਮ ਸ਼ਾਂਤੀ ਮਿੱਠੇ ਮਿੱਠੇ ਬੱਚੇ ਜਾਣਦੇ ਸਣ ਇਹ ਗੀਤ ਕੋਈ ਇੱਥੇ ਦੇ ਬਣਾਏ ਹੋਏ ਨਹੀਂ ਸਣ ਗੀਤ ਜਦੋਂ ਸੁਣਦੇ ਹੋ ਤਾਂ ਸਮਝਦੇ ਹੋ ਕਿ ਬਰੋਬਰ ਬਾਬਾ ਸਾਡਾ ਹੱਥ ਪਕੜ ਕੇ ਸਾਨੂੰ ਲੈ ਚਲਦੇ ਸਨ ਜਿਵੇਂ ਛੋਟੇ ਬੱਚੇ ਹੁੰਦੇ ਸਨ ਸਮਝਦੇ ਸਨ ਹੱਥ ਨਾ ਪਕੜਨ ਤੋਂ ਗਿਰ ਪਾਵਾਂਗੇ ਹੁਣ ਉਵੇਂ ਹੀ ਤੁਸੀਂ ਜਾਣਦੇ ਹੋ ਕੋ ਰੰਦੇ ਰਾਈ ਠੋਕਰ ਹੀ ਠੋਕਰ ਖਾਂਦੇ ਰਹਿੰਦੇ ਸਨ ਬੁੱਧੀ ਵੀ ਆਖਦੀ ਸਨ ਇੱਕ ਬਾਬਾ ਹੀ ਸਨ ਜਿਹੜਾ ਸਾਨੂੰ ਸਵਰਗ ਦੀ ਸੱਚਖੰਡ ਦੀ ਸਥਾਪਨਾ ਕਰਾਉਣ ਵਾਲਾ ਏ ਉੱਚੇ ਤੇ ਉੱਚਾ ਉਹੀਓ ਬਾਪ ਸੱਚਾ ਬਾਪ ਆਖਦੇ ਸਨ ਉਸ ਦੀ ਮਹਿਮਾ ਵੀ ਕਰਨੀ ਚਾਹੀਦੀ ਏ ਔਰਾਂ ਨੂੰ ਵੀ ਦੱਸਣੀ ਚਾਹੀਦੀ ਏ ਨਿਸ਼ਚੈ ਬੁੱਧੀ ਬਣਾਉਣ ਦੇ ਲਈ ਬਾਪ ਦੀ ਮਹਿਮਾ ਕਰਨੀ ਚਾਹੀਦੀ ਏ ਬਾਪ ਸਨ ਸਵਰਗ ਦੀ ਸਥਾਪਨਾ ਕਰਨ ਵਾਲਾ ਅਥਵਾ ਉਸ ਨੂੰ ਅਹਿਮਨਲੀ ਗੋਡ ਫਾਦਰ ਵੀ ਆਖਦੇ ਸਨ ਉਹੀਓ ਸਾਨੂੰ ਬੱਚਿਆਂ ਨੂੰ ਆ ਕੇ ਪੜ੍ਹਾਉਂਦੇ ਸਨ ਹੈਮਨਲੀ ਗੋਡ ਫਾਦਰ ਮੰਨਿਆਈ ਐਵਨ ਸਥਾਪਨ ਕਰਨ ਵਾਲਾ ਬਰੋਬਰ ਹੈਵਨ ਸਥਾਪਨ ਕਰਦੇ ਸਨ ਫਿਰ ਹੈਵਨ ਦਾ ਮਾਲਿਕ ਸਨ ਸ਼੍ਰੀ ਕ੍ਰਿਸ਼ਨ ਉਹ ਹੋ ਗਏ ਹੈਵਨ ਰਚਣ ਵਾਲਾ ਤਾਂ ਹੋ ਗਏ ਹੈਵਨ ਦਾ ਪ੍ਰਿੰਸ ਰਚਤਾ ਤਾਂ ਉਹੀ ਉਹ ਇੱਕ ਬਾਪ ਹੀ ਸਨ ਹੈਵਨਲੀ ਪ੍ਰਿੰਸ ਬਣਾਉਂਦੇ ਸਨ ਸਿਰਫ ਇੱਕ ਤਾਂ ਨਹੀਂ ਹੋਣਗੇ 8 ਦਾਸਦਾਨੀਆਂ ਚਲਦੀਆਂ ਨੇ ਇਹ ਵੀ ਨਿਸ਼ਚੈ ਹੈਗਾ ਬਾਬਾ ਕੋਲੋਂ ਸਾਨੂੰ ਵਰਸਾ ਲੈਣਾ ਹੈ ਬਾਬਾ ਹੈਵਨ ਦਾ ਰਚయిత ਸਨ ਸਾਨੂੰ ਉਸ ਬਾਬਾ ਤੋਂ ਕਲਪ-ਕਲਪ ਵਰਸਾ ਲੈਣਾ 84 ਜਨਮ ਅਸੀਂ ਪੂਰੇ ਕਰਦੇ ਸਾਂ ਅੱਧਾ ਕਲਪ ਹਨ ਸੁਖ ਤਾਂ ਅੱਧਾ ਕਲਪ ਹਨ ਦੁੱਖ ਅੱਧਾ ਕਲਪੇ ਰਾਮ ਰਾਜ ਤਾਂ ਅੱਧਾ ਕਲਪੇ ਰਾਵਣ ਰਾਜ ਹੁਣ ਅਸੀਂ ਫਿਰ ਤੋਂ ਸ਼੍ਰੀਮਤ ਤੇ ਚੱਲ ਕੇ ਸਵਰਗ ਦੇ ਮਾਲਿਕ ਬਣ ਰਹੇ ਸਾਂ ਐ ਭੁੱਲਣ ਦੀ ਗੱਲਾਂ ਨਹੀਂ ਹੈਗੀ ਅੰਦਰ ਵੱਡੀ ਖੁਸ਼ੀ ਹੋਣੀ ਚਾਹੀਦੀ ਏ ਆਤਮਾ ਨੂੰ ਅੰਦਰ ਖੁਸ਼ੀ ਹੁੰਦੀ ਸਨ ਆਤਮਾ ਦਾ ਦੁੱਖ ਅਤੇ ਸੁੱਖ ਸ਼ਕਲ ਤੋਂ ਹੀ ਆਂਦਾ ਏ ਦੇਵਤਾਵਾਂ ਦੀ ਸ਼ਕਲ ਦੇਖੋ ਕਿੰਡੀ ਹਰਸ਼ਿਤ ਮੁਖ ਤੁਸੀਂ ਜਾਣਦੇ ਹੋ ਸਵਰਗ ਦੇ ਮਾਲਿਕ ਸਨ ਸਮਝਾਣ ਦੇ ਲਈ ਬਾਬਾ ਬੋਰਡ ਆਦੀ ਬਣਵਾ ਰਹੇ ਸਨ ਹੈਵਨਲੀ ਗੋਡ ਫਾਦਰ ਦੀ ਮਹਿਮਾ ਹੀ ਇੱਕ ਅਲੱਗ ਹੈਗੀ ਔਰ ਹੈਵਨਲੀ ਪ੍ਰਿੰਸ ਦੀ ਮਹਿਮਾ ਅਲੱਗ ਹੈਗੀ ਉਹ ਰਚయిత ਉਹ ਰਚਨਾ ਸਨ ਤੁਸੀਂ ਬੱਚਿਆਂ ਨੂੰ ਸਮਝਾਣ ਦੇ ਲਈ ਬਾਬਾ ਯੁਕਤੀਆਂ ਤੋਂ ਲਿਖਦੇ ਰਹਿੰਦੇ ਸਨ ਤਾ ਮਨੁੱਖਾਂ ਨੂੰ ਚੰਗੀ ਤਰ੍ਹਾਂ ਸਮਝ ਵੀ ਜਾਂਦਾ ਏ ਜਿਸ ਨੂੰ ਪਰਮਪਿਤਾ ਪਰਮਾਤਮਾ ਆਖਦੇ ਸਣ ਉਹ ਹੀ ਉਹ ਪਤਿਤ ਪਾਵਣ ਵੀ ਸਣ ਉਹ ਬੇਹਦ ਰਚਦਾ ਏ ਰਚਣਗੇ ਵੀ ਜਰੂਰ ਸਵਰਗ ਸਤਯੁਗ ਤ੍ਰੇਤਾ ਨੂੰ ਮਨੁੱਖ ਸਵਰਗ ਆਖਦੇ ਸਣ ਸਵਰਗ ਅਤੇ ਨਰਕ ਦੋਵੇਂ ਅੱਧੇ ਅੱਧੇ ਹੁੰਦੇ ਸਣ ਸ੍ਰਿਸ਼ਟੀ ਵੀ ਬਰਾਬਰ ਅੱਧੀ ਅੱਧੀ ਹੁੰਦੀ ਏ ਨਵੀਂ ਤੇ ਪੁਰਾਣੀ ਹੁਣ ਜੜ ਜੜ ਝਾੜ ਦੀ ਆਯੂ ਵੀ ਕੋਈ ਫਿਕਸ ਨਹੀਂ ਹੁੰਦੀ। ਇਸ ਝਾੜ ਦੀ ਆਯੂ ਤਾਂ ਬਿਲਕੁਲ ਫਿਕਸ ਹੈਗੀ। ਇਹ ਮਨੁੱਖ ਸ੍ਰਿਸ਼ਟੀ ਦਾ ਝਾੜ ਹੈ। ਇਹਦੀ ਆਯੂ ਪੂਰੀ ਐਕਿਊਰੇਟ ਹੈ। ਐਵੇਂ ਔਰ ਕੋਈ ਦੀ ਹੁੰਦੀ ਨਹੀਂ। ਇੱਕ ਸੈਕਿੰਡ ਦਾ ਵੀ ਫਰਕ ਨਹੀਂ ਪੈ ਸਕਦਾ। ਵੈਰਾਈਟੀ ਝਾੜ ਸਣ ਐਕਿਊਰੇਟ ਬਣਾ ਬਣਾਇਆ ਡਰਾਮਾ ਸਣ। ਐਖੇਡ ਚਾਰ ਭਾਗਾਂ ਵਿੱਚ ਵਟਿਆ ਹੋਇਆ ਏ। ਜਗਨਨਾਥ ਪੂਰੀ ਵਿੱਚ ਵੀ ਅੰਡਾ ਚੜਾਂਦੇ ਸਣ ਚਾਵਲਾਂ ਦਾ। ਉਸ ਦੇ ਵਿੱਚ ਚਾਰ ਭਾਗ ਆਪੇ ਹੀ ਹੋ ਜਾਂਦੇ ਸਨ ਐਸ ਰਿਸ਼ਟੀ ਦੇ ਵੀ ਐਸ ਰਿਸ਼ਟੀ ਵੀ ਚਾਰ ਭਾਗਾਂ ਵਿੱਚ ਵੰਡੀ ਹੋਈ ਹੈ ਇਸ ਨੂੰ ਚਾਰ ਭਾਗਾਂ ਵਿੱਚ ਵੰਡ ਦਿੰਦੇ ਸਨ ਇਸ ਵਿੱਚ ਇੱਕ ਸੈਕਿੰਡ ਵੀ ਕਮ ਜਿਆਦਾ ਨਹੀਂ ਹੋ ਸਕਦਾ ਤੁਸੀਂ ਜਾਣਦੇ ਹੋ ਬਾਪ ਨੇ ਸਾਨੂੰ 5000 ਵਰਿਆਂ ਪਹਿਲੇ ਵੀ ਸਮਝਾਇਆ ਸੀ ਹੂ ਬੂ ਹੁਵੇਂ ਹੀ ਹੁਣ ਫਿਰ ਸਮਝਾ ਰਹੇ ਸਨ ਨਿਸ਼ਚੈਣ 5000 ਵਰਸ਼ ਬਾਅਦ ਫਿਰ ਹੈਮਨਲੀ ਕੋਡ ਫਾਦਰ ਸਵਰਗ ਦੀ ਸਥਾਪਨਾ ਕਰਨ ਵਾਲਾ ਬਾਪ ਸਾਨੂੰ ਸਵਰਗ ਦੀ ਬਾਦਸ਼ਾਹੀ ਪ੍ਰਾਪਤ ਕਰਨ ਦੇ ਯੋਗ ਬਣਾ ਰਹੇ ਸਨ। ਬਾਪਾ ਯੋਗ ਬਣਾਉਂਦੇ ਸਨ, ਰਾਵਣ ਨਾਯੋਗ ਬਣਾਉਂਦੇ ਸਨ। ਜਿਸ ਤੋਂ ਭਾਰਤ ਕੋੜੀ ਜਿਹਾ ਬਣ ਜਾਂਦਾ ਏ। ਬਾਪਾ ਇਹੋ ਜੇ ਸਾਨੂੰ ਯੋਗ ਬਣਾਉਂਦੇ, ਜਿਸ ਤੋਂ ਭਾਰਤ ਹੀਰੇ ਜਿਹਾ ਬਣ ਜਾਂਦਾ ਏ। ਜਿਸ ਤੋਂ ਭਾਰਤ ਕੋੜੀ ਜਿਹਾ ਬਣਿਆ, ਰਾਵਣ ਨੇ ਬਣਾਇਆ। ਹੁਣ ਫਿਰ ਹੀਰੇ ਜਿਹਾ ਬਣ ਰਿਹਾ ਨੰਬਰ ਵਾਰ ਫਿਰ ਪਦ ਤੇ ਹੁੰਦੇ ਹੀ ਸਨ ਹਰ ਇੱਕ ਦਾ ਆਪਣਾ ਆਪਣਾ ਕਰਮ ਬੰਧਨ ਅਤੇ ਆਪਣਾ ਆਪਣਾ ਹਿਸਾਬ ਕਿਤਾਬ ਹੈ ਕਈ ਪੁੱਛਦੇ ਸਨ ਬਾਬਾ ਸਾਨੂੰ ਵਾਰਿਸ ਅਸੀਂ ਵਾਰਿਸ ਬਣਾਂਗੇ ਜਾਂ ਪ੍ਰਜਾ ਬਾਬਾ ਆਖਦੇ ਸਨ ਆਪਣਾ ਕਰਮ ਬੰਧਨ ਵੇਖੋ ਕਰਮ ਅਕਰਮ ਵਿਕਰਮ ਦੀ ਗਤੀ ਤਾਂ ਬਾਪ ਹੀ ਸਮਝਾਉਂਦੇ ਸਨ ਬਾਬਾ ਹਮੇਸ਼ਾ ਆਖਦੇ ਸਨ ਅਲੱਗ-ਅਲੱਗ ਬੱਚਿਆਂ ਨੂੰ ਅਲੱਗ-ਅਲੱਗ ਰਾਏ ਦੇਣਾ ਹਾ ਪੁੱਛਣ ਦੇ ਲਈ ਹਰ ਇੱਕ ਇੱਕ ਹੀ ਗੱਲ ਪੁੱਛਦੇ ਸਨ ਪਰ ਹਰ ਇੱਕ ਦੇ ਹਿਸਾਬ ਕਿਤਾਬ ਨਾਲ رائے ਵੀ ਅਲੱਗ-ਲੱਗ ਦੇਣੀ ਪੈਂਦੀ ਹੈ ਉਸ ਅਨੁਸਾਰ purusharth ਵੀ ਅਲੱਗ-ਲੱਗ ਹੁੰਦਾ ਹੈ ਤਾਂ ਫੇਰ ਪਦਵੀ ਸਾਦਾ ਦਾ ਅਲੱਗ-ਲੱਗ ਹੋਵੇਗਾ ਸਾਰੀ ਰਾਜਦਾਨੀ ਸਥਾਪਨ ਹੋ ਰਹੀ ਹੈ ਇੱਕ ਬਾਪ ਹੀ ਸਨ ਜਿਹੜੀ ਰਾਜਦਾਨੀ ਸਥਾਪਨ ਕਰਦੇ ਸਨ ਬਾਕੀ ਸਾਰੇ ਤਾਂ ਜਿਹੜੇ ਵੀ ਆਏ ਸਨ ਆ ਕੇ ਆਪਣਾ ਧਰਮ ਹੀ ਸਥਾਪਨ ਕਰਦੇ ਸਨ ਤੁਸੀਂ ਹੁਣ ਪਵਿੱਤਰ ਬ੍ਰਾਹਮਣ ਬਣੇ ਹੋ ਤਾਂ ਫਿਰ ਤੁਸੀਂ ਦੇਵਤਾ ਵੀ ਤੁਸੀਂ ਹੀ ਬਣੋਗੇ ਅਸਾਂ ਬ੍ਰਾਹਮਣਾ ਨੇ ਪ੍ਰਤੀਗਿਆ ਕੀਤੀ ਸਾਂ ਐਲਬਮ ਵੀ ਵਿਖਾਂਦੇ ਸਣ ਇਹ ਰਾਖੀ ਬੰਧਨ ਦੀ ਰਸਮ ਕਦੋਂ ਤੋਂ ਸ਼ੁਰੂ ਹੁੰਦੀ ਹੈ ਹੁਣ ਸੰਗਮ ਤੇ ਹੀ ਤੁਸੀਂ ਪਵਿੱਤਰਤਾ ਦੀ ਰਾਖੀ ਬੰਨ੍ਹਦੇ ਹੋ ਤਾਂ ਹੀ 21 ਜਨਮ ਤੁਸੀਂ ਪਵਿੱਤਰ ਰਹਿੰਦੇ ਹੋ ਹੁਣ ਬਾਪ ਆਖਦੇ ਸਣ ਮਾਮੇ ਕਮ ਯਾਦ ਕਰੋ ਇਹੋ ਜਿਹੇ ਪੁਆਇੰਟਾਂ ਤੁਸੀਂ ਕੱਢ ਕੇ ਲਿਖਣੀਆਂ ਚਾਹੀਦੀਆਂ ਨੇ ਤਾਂ ਕਿ ਤੁਸੀਂ ਭਾਸ਼ਣ ਵਿੱਚ ਮੁੰਜੋ ਨਹੀਂ ਇਹ ਰਸਮ ਕਦੋਂ ਤੋਂ ਸ਼ੁਰੂ ਹੋਈ 5000 ਵਰਿਆਂ ਦੀ ਗੱਲ ਏ ਕ੍ਰਿਸ਼ਨ ਜਨਮ ਅਸ਼ਟਮੀ ਵੀ 5000 ਵਰਿਆਂ ਦੀ ਗੱਲ ਏ ਕ੍ਰਿਸ਼ਨ ਦੇ ਚਰਿੱਤਰ ਤਾਂ ਕੁਝ ਵੀ ਨਹੀਂ ਹੈਗੇ ਕਿਉਂਕਿ ਉਹ ਤਾਂ ਛੋਟਾ ਬੱਚਾ ਏ ਛੋਟੇ ਬੱਚੇ ਦੇ ਤਾਂ ਚਰਿੱਤਰ ਹੁੰਦੇ ਹੀ ਨਹੀਂ ਚਰਿੱਤਰ ਤਾਂ ਇੱਕ ਬਾਪ ਦੇ ਹੀ ਸਨ ਜਿਹੜੇ ਚਤੁਰਾਈ ਨਾਲ ਤੁਹਾਨੂੰ ਕੋਡੀ ਤੋਂ ਈਰੇ ਜਿਹਾ ਬਣਾ ਦਿੰਦੇ ਸਨ ਬਲਿਹਾਰੀ ਤਾਂ ਉਸ ਇੱਕ ਦੀ ਹੀ ਸਣ ਕਿਸ ਦਾ ਬਰਥਡੇ ਮਨਾਣਾ ਹੈ ਕੋਈ ਕੰਮ ਦਾ ਨਹੀਂ ਬਰਥਡੇ ਮਨਾਣਾ ਚਾਹੀਦਾ ਹੈ ਇੱਕ ਪਰਮ ਪਿਤਾ ਪਰਮਾਤਮਾ ਦਾ ਬਸ ਮਨੁੱਖ ਤਾਂ ਕੁਝ ਵੀ ਨਹੀਂ ਜਾਣਦੇ ਅੱਛਾ ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪਤਾ ਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਅਜ ਤਾਰਨਾ ਦੇ ਲਈ ਮੁੱਖ ਸਾਰ ਹੈਗਾ ਵਾਰਿਸ ਬਣਨ ਦੇ ਲਈ ਆਪਣੇ ਸਾਰੇ ਹਿਸਾਬ ਕਿਤਾਬ ਕਰਮ ਬੰਧਨ ਚੁਕਤੂ ਕਰਨੇ ਸੰ ਬਾਪ ਦੀ ਜਿਹੜੀ رائے ਮਿਲਦੀ ਏ ਉਸ ਉੱਤੇ ਹੀ ਚੱਲਣਾ ਏ ਸਭ ਨੂੰ ਬਾਪ ਦਾ ਸੱਚਾ ਪਰਿਚੈ ਦੇ ਕੇ ਪਤੀਤ ਤੋਂ ਪਾਵਨ ਬਣਾਉਣ ਦਾ ਸ੍ਰੇਸ਼ਟ ਕੰਮ ਕਰਨਾ ਹੈ ਪਵਿੱਤਰਤਾ ਦੀ ਰਾਖੀ ਬੰਦ ਕੇ ਪਵਿੱਤਰ ਦੁਨੀਆ ਦੇ ਮਾਲਕ ਪਣੇ ਦਾ ਵਰਸਾ ਲੈਣਾ ਹੈ ਅੱਜ ਦਾ ਵਰਦਾਨ ਹੈ ਇੱਕ ਪਾਸ ਸ਼ਬਦ ਦੀ ਸਮ੍ਰਿਤੀ ਨਾਲ ਕਿਸੇ ਵੀ ਪੇਪਰ ਵਿੱਚ ਫੁੱਲ ਪਾਸ ਹੋਣ ਵਾਲੇ ਪਾਸ ਵਿਦ ਓਨਰ ਪਵ ਇੱਕ ਪਾਸ ਸ਼ਬਦ ਦੀ ਸਮ੍ਰਿਤੀ ਨਾਲ ਕਿਸੇ ਵੀ ਪੇਪਰ ਵਿੱਚ ਫੁੱਲ ਪਾਸ ਹੋਣ ਵਾਲੇ ਪਾਸ ਵਿਦ ਓਨਰ ਪਵ ਕਿਸੇ ਵੀ ਪੇਪਰ ਵਿੱਚ ਜੇਕਰ ਫੁੱਲ ਪਾਸ ਹੋਣਾ ਹੈ ਤਾਂ ਉਸ ਦੇ ਲਈ ਉਸ ਪੇਪਰ ਦੇ ਕੁਐਸਚਨ ਦੇ ਵਿਸਤਾਰ ਵਿੱਚ ਨਾ ਜਾਓ ਐਵੇਂ ਨਹੀਂ ਸੋਚੋ ਕਿ ਕੀ ਹੋਵੇਗਾ ਇਹ ਕਿਉਂ ਆਇਆ ਏ ਕਿਵੇਂ ਆਇਆ ਏ ਕਿਸ ਲਈ ਆਇਆ ਏ ਇਸ ਦੀ ਬਜਾਏ ਪਾਸ ਹੋਣੇ ਦਾ ਸੋਚੋ ਪੇਪਰ ਨੂੰ ਪੇਪਰ ਸਮਝ ਕੇ ਪਾਸ ਕਰ ਲਿਓ ਸਿਰਫ ਇੱਕ ਪਾਸ ਸ਼ਬਦ ਯਾਦ ਰੱਖੋ ਤਾਂ ਕੀ ਸਾਨੂੰ ਪਾਸ ਹੋਣਾ ਹੀ ਹੈ ਪਾਸ ਕਰਨਾ ਹੀ ਹੈ ਅਸੀਂ ਬਾਪ ਦੇ ਕੋਲ ਰਹਿਣਾ ਹੀ ਹੈ ਤਾਂ ਪਾਸ ਵਿਦ ਓਨਰ ਬਣ ਜਾਵਾਂਗੇ ਅੱਜ ਦਾ ਸਲੋਗਨ ਹੈਗਾ ਆਪਣੇ ਆਪ ਨੂੰ ਪਰਮਾਤਮ ਪਿਆਰ ਦੇ ਪਿੱਛੇ ਕੁਰਬਾਨ ਕਰ ਲਿਓ ਤਾਂ ਸਫਲਤਾ ਮੂਰਤ ਬਣ ਜਾਓਗੇ ਸਫਲਤਾ ਮੂਰਤ ਬਣਨਾ ਹੈ ਆਪਣੇ ਆਪ ਨੂੰ ਪਰਮਾਤਮ ਪਿਆਰ ਉਤੇ ਕੁਰਬਾਨ ਕਰਨਾ ਹੈ ਓਮ ਸ਼ਾਂਤੀ